ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ। ਦੇਖੋ ਐਸਟੀਐਫ ਲੁਧਿਆਣਾ ਨੇ ਕਿੱਦਾਂ ਦਬੋਚੀ 8 ਕਰੋੜ ਦੀ ਹੈਰੋਇਨ ਅਤੇ 2 ਕੁਇੰਟਲ 10 ਕਿਲੋ ਚੂਰਾ ਪੋਸਤ ਅਤੇ ਹਜ਼ਾਰਾਂ ਦੀ ਡਰੱਗ ਮਨੀ। ਇਹਦੇ ਵਿੱਚ ਅਸੀਂ ਜਿਹੜਾ ਨੈਟਵਰਕ ਬ੍ਰੇਕ ਕੀਤਾ ਹੈਗਾ, 8 ਵਿਅਕਤੀਆਂ ਦਾ ਨੈਟਵਰਕ ਸਾਹਮਣੇ ਆਇਆ ਸੀਗਾ ਜਿਹੜਾ ਅੰਮ੍ਰਿਤਸਰ ਔਰ ਲੁਧਿਆਣੇ ਵਿੱਚ ਫੈਲਿਆ ਹੋਇਆ ਸੀ। ਅੰਮ੍ਰਿਤਸਰ ਤੋਂ ਸਪਲਾਈ ਹੁੰਦੀ ਸੀ ਐਂਡ ਲੁਧਿਆਣਾ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਂਦਾ ਸੀਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਤੁਸੀਂ ਸਭ ਬਾਖੂਬੀ ਜਾਣਦੇ ਹੋ ਕਿ ਲੁਧਿਆਣਾ ਐਸਟੀਐਫ ਆਏ ਦਿਨ ਨਸ਼ਾ ਤਸਕਰਾਂ ਤੇ ਲਗਾਮ ਕੱਸਦੀ ਹੋਈ ਨਜ਼ਰ ਆਉਂਦੀ ਹੈ ਤੇ ਕੋਈ ਦਿਨ ਅਜਿਹਾ ਨਹੀਂ ਜਾਂਦਾ ਜਿਸ ਦਿਨ ਕਿਸੇ ਨਸ਼ਾ ਤਸਕਰ ਨੂੰ ਲੁਧਿਆਣਾ ਐਸਟੀਐਫ ਨੇ ਨਾ ਦਬੋਚਿਆ ਹੋਵੇ। ਇਸ ਵਾਰ ਲੁਧਿਆਣਾ ਐਸਟੀਐਫ ਦੇ ਹੱਥ ਉਸ ਵੇਲੇ ਇੱਕ ਵੱਡੀ ਕਾਮਯਾਬੀ ਹੱਥ ਲੱਗੀ ਜਦੋਂ ਸੈਕਟਰ 32 ਚੰਡੀਗੜ੍ਹ ਰੋਡ ਤੇ ਵਿਸ਼ੇਸ਼ ਨਾਕੇਬੰਦੀ ਦੌਰਾਨ ਪੁਲਿਸ ਨੇ 2 ਮੁਲਜ਼ਮਾਂ ਨੂੰ ਕਾਬੂ ਕੀਤਾ ਤਾਂ ਉਹਨਾਂ ਕੋਲੋਂ 900 ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮਾਂ ਦੀ ਪਹਿਚਾਣ ਨਰੇਸ਼ ਅਤੇ ਲਗਜ਼ੋ ਕਰਕੇ ਹੋਈ ਹੈ, ਜੋ ਕਾਫੀ ਲੰਬੇ ਸਮੇਂ ਤੋਂ ਹੈਰੋਇਨ ਸਪਲਾਈ ਦਾ ਕਾਲਾ ਧੰਦਾ ਕਰ ਰਹੇ ਸਨ। ਇਸ ਲੜੀ ਦੇ ਤਹਿਤ ਹੀ ਇਸ ਮਾਮਲੇ ਵਿੱਚ ਸ਼ਲਿੰਦਰ ਸ਼ਰਮਾ, ਚਿੱਕੀ ਬਾਵਾ ਅਤੇ ਬਲਵੀਰ ਸਿੰਘ ਉਫ ਵੀਰੂ ਨੂੰ ਵੀ ਚੀਮਾ ਚੌਂਕ ਤੋਂ ਕਾਬੂ ਕੀਤਾ ਗਿਆ, ਜਿਨ੍ਹਾਂ ਤੋਂ 600 ਗ੍ਰਾਮ ਹੈਰੋਇਨ, 2 ਕੁਇੰਟਲ 10 ਕਿਲੋ ਚੂਰਾ ਪੋਸਤ ਅਤੇ 28,000 ਰੁਪਏ ਦੀ ਡਰੱਗ ਮਨੀ ਪੁਲਿਸ ਨੇ ਬਰਾਮਦ ਕੀਤੀ। ਇਸ ਸੰਬੰਧੀ ਜਾਣਕਾਰੀ ਦਿੰਦਿਆਂ AIG SDF ਸਨੇਹਦੀਪ ਸ਼ਰਮਾ ਨੇ ਦੱਸਿਆ ਕਿ SDF ਦੇ 2 ਵੱਖ-ਵੱਖ ਮਾਮਲਿਆਂ ਦੇ ਵਿੱਚ 1.5 ਕਿਲੋ ਹੈਰੋਇਨ ਅਤੇ 2 ਕੁਇੰਟਲ 10 ਕਿਲੋ ਚੂਰਾ ਪੋਸਤ ਬਰਾਮਦ ਕੀਤੀ ਗਈ ਹੈ। ਪਹਿਲੇ ਮਾਮਲੇ ਦੇ ਵਿੱਚ 900 ਗ੍ਰਾਮ ਹੈਰੋਇਨ ਚੰਡੀਗੜ੍ਹ ਰੋਡ ਸੈਕਟਰ 32 ਤੋਂ ਬਰਾਮਦ ਹੋਈ ਹੈ, ਜਦਕਿ ਦੂਸਰੇ ਮਾਮਲੇ ਦੇ ਵਿੱਚ ਚੀਮਾ ਚੌਂਕ ਤੋਂ 3 ਮੁਲਜ਼ਮਾਂ ਨੂੰ 600 ਗ੍ਰਾਮ ਹੈਰੋਇਨ, 2 ਕੁਇੰਟਲ 10 ਕਿਲੋ ਚੂਨਾ ਪੋਸਤ ਸਣੇ ਕਾਬੂ ਕੀਤਾ ਗਿਆ ਹੈ। ਇਸੇ ਤਹਿਤ 418 ਗ੍ਰਾਮ ਹੈਰੋਇਨ ਸਣੇ 2 ਮੁਲਜ਼ਮਾਂ ਨੂੰ ਹੋਰ ਕਾਬੂ ਕੀਤਾ ਗਿਆ ਹੈ। AIG ਨੇ ਕਿਹਾ ਕਿ ਜੋ ਮੁਲਜ਼ਮ ਫਰਾਰ ਹੋਏ ਨੇ ਉਹਨਾਂ ਦੀ ਭਾਲ ਵਾਸਤੇ ਲਗਾਤਾਰ ਛਾਪੇਮਾਰੀ ਵੀ ਕੀਤੀ ਜਾ ਰਹੀ ਹੈ ਤੇ ਗ੍ਰਿਫਤਾਰ ਕੀਤੇ ਗਏ ਮੁਲਜ਼ਮਾਂ ਤੇ ਪਹਿਲਾਂ ਵੀ ਅਪਰਾਧਿਕ ਮਾਮਲੇ ਦਰਜ ਹਨ। ਸੂਤਰਾਂ ਦੀ ਮੰਨੀਏ ਤਾਂ ਫੜੇ ਗਏ ਨਸ਼ੀਲੇ ਪਦਾਰਥ ਦੀ ਕੌਮਾਂਤਰੀ ਬਾਜ਼ਾਰ ਦੇ ਵਿੱਚ ਕੀਮਤ 8 ਕਰੋੜ ਰੁਪਏ ਆਂਕੀ ਜਾ ਰਹੀ ਹੈ। ਲੁਧਿਆਣਾ SDF ਯੂਨਿਟ ਨੇ ਕਾਰਵਾਈ ਕਰਦੇ ਹੋਏ 24 ਤਰੀਕ ਔਰ 25 ਤਰੀਕ ਦੇ ਵਿੱਚ ਅਸੀਂ 3 FIR ਰਜਿਸਟਰ ਕੀਤੀਆਂ ਨੇ, 79, 81 ਐਂਡ 82 ਨੰਬਰ SDF ਪੁਲਿਸ ਸਟੇਸ਼ਨ ਮੋਹਾਲੀ। ਇਹਦੇ ਵਿੱਚ ਅਸੀਂ ਜਿਹੜਾ ਨੈਟਵਰਕ ਬ੍ਰੇਕ ਕੀਤਾ ਹੈਗਾ, 8 ਵਿਅਕਤੀਆਂ ਦਾ ਨੈਟਵਰਕ ਸਾਹਮਣੇ ਆਇਆ ਸੀਗਾ ਜਿਹੜਾ ਅੰਮ੍ਰਿਤਸਰ ਔਰ ਲੁਧਿਆਣੇ ਵਿੱਚ ਫੈਲਿਆ ਹੋਇਆ ਸੀ। ਅੰਮ੍ਰਿਤਸਰ ਤੋਂ ਸਪਲਾਈ ਹੁੰਦੀ ਸੀ ਐਂਡ ਲੁਧਿਆਣਾ ਐਂਡ ਸਰਾਊਂਡਿੰਗ ਏਰੀਆਜ਼ ਦੇ ਵਿੱਚ ਡਿਸਟ੍ਰੀਬਿਊਟ ਕੀਤਾ ਜਾਂਦਾ ਸੀਗਾ। ਇਹਦੇ ਵਿੱਚ ਅਸੀਂ ਜਿਹੜੇ 7 ਵਿਅਕਤੀ ਗ੍ਰਿਫਤਾਰ ਕਰ ਲਏ ਨੇ, ਇਹਨਾਂ ਕੋਲੋਂ 1 ਕਿਲੋ 918 ਗ੍ਰਾਮ ਹੈਰੋਇਨ ਔਰ ਫਰਦਰ ਇਨਵੈਸਟੀਗੇਸ਼ਨ ਦੇ ਦੌਰਾਨ ਇਹਨਾਂ ਕੋਲੋਂ 2 ਕੁਇੰਟਲ 10 ਕਿਲੋ ਪੋਪੀਅਰ, 2 ਕਾਰਾਂ ਔਰ 1 ਲੱਖ ਰੁਪਏ ਦੀ ਡਰੱਗ ਮਨੀ ਰਿਕਵਰ ਕੀਤੀ ਹੈ। ਇਸ ਦੇ ਨਾਲ ਜਿਹੜਾ ਵਾ ਇਸ ਏਰੀਏ ਦੇ ਵਿੱਚ ਇਸ ਨੈਟਵਰਕ ਬ੍ਰੇਕ ਹੋਣ ਦੇ ਨਾਲ ਡਰੱਗ ਸਪਲਾਈ ਦੇ ਉੱਪਰ ਬਹੁਤ ਵੱਡਾ ਇੰਪੈਕਟ ਪਏਗਾ। ਹਾਂ ਬਿਲਕੁਲ ਜੀ, ਇਹਨਾਂ ਦੇ ਅਸੀਂ ਜਿਹੜੇ ਰਿਸਪੈਕਟਿਵ ਡਿਸਟ੍ਰਿਕਟ ਦੇ ਥਰੂ ਇਹਨਾਂ ਦੀਆਂ ਪ੍ਰੋਪਰਟੀਜ਼ ਅਟੈਚ ਕਰਨ ਦੇ ਵੀ ਕੇਸਿਸ ਕਰਾਂਗੇ, ਪ੍ਰੋਪਰਟੀਜ਼ ਆਈਡੈਂਟੀਫਾਈ ਕੀਤੀਆਂ ਜਾਣਗੀਆਂ ਐਂਡ ਪ੍ਰੋਪਰਟੀ ਅਟੈਚ ਕਰਨ ਵਾਸਤੇ ਅਸੀਂ ਕੰਪੀਟੈਂਟ ਅਥਾਰਟੀ ਨੂੰ ਭੇਜਾਂਗੇ। ਸਰ ਕਿੰਨੀ ਦੇਰ ਤੋਂ ਕੰਮ ਕਰ ਰਹੇ ਸੀ? ਇਹ 4-5 ਸਾਲ ਤੋਂ ਇਹਨਾਂ ਦਾ ਨੈਟਵਰਕ ਚੱਲ ਰਿਹਾ ਸੀ। ਗੁਰਪਿਆਰਿਓ, ਆਏ ਦਿਨ ਪੁਲਿਸ ਵੱਲੋਂ ਵੱਡੀਆਂ ਨਸ਼ੇ ਦੀਆਂ ਖੇਪਾਂ ਬਰਾਮਦ ਕੀਤੀਆਂ ਜਾਂਦੀਆਂ ਨੇ, ਪਰ ਨਸ਼ਾ ਤਸਕਰਾਂ ਦੇ ਪਿੱਛੇ ਅਕਸਰ ਅਸਲ ਵੱਡੇ ਮਗਰਮੱਛ ਹੈ ਕੌਣ, ਇਸ ਦਾ ਪਤਾ ਲਗਾਉਣਾ ਵੀ ਬਹੁਤ ਜ਼ਰੂਰੀ ਹੈ, ਕਿਉਂਕਿ ਪੁਲਿਸ ਆਏ ਦਿਨ ਨਸ਼ਾ ਤਸਕਰਾਂ ਨੂੰ ਫੜਦੀ ਹੈ, ਦਬੋਚਦੀ ਹੈ ਤੇ ਉਹ ਬੇਲ ਤੇ ਬਾਹਰ ਆ ਕੇ ਮੁੜ ਨਸ਼ੇ ਦਾ ਇਹ ਕਾਲਾ ਕਾਰੋਬਾਰ ਕਰਦੇ ਨੇ, ਜਿਸ ਦੇ ਚੱਲਦਿਆਂ ਪੁਲਿਸ ਅਤੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਹੈ ਕਿ ਇਹਨਾਂ ਉੱਤੇ ਕੁਝ ਅਜਿਹੀਆਂ ਸੰਗੀਨ ਧਾਰਾਵਾਂ ਵੀ ਲਗਾਈਆਂ ਜਾਣ
ਜਿਸ ਕਰਕੇ ਇਹ ਜਲਦ ਜੇਲ੍ਹਾਂ ਤੋਂ ਬਾਹਰ ਆ ਹੀ ਨਾ ਸਕਣ ਅਤੇ ਨਸ਼ੇ ਨੂੰ ਪੰਜਾਬ ਦੇ ਵਿੱਚ ਠੱਲ ਪਾਈ ਜਾ ਸਕੇ। ਤੁਸੀਂ ਸਭ ਇਸ ਮਸਲੇ ਉੱਤੇ ਕੀ ਸੋਚਦੇ, ਆਪਣੇ ਵਿਚਾਰ ਨੀਚੇ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ। ਵੀਡੀਓ ਚੰਗੀ ਲੱਗੀ ਹੋਵੇ ਲਾਈਕ ਅਤੇ ਸ਼ੇਅਰ ਵੀ ਜ਼ਰੂਰ ਕਰਨਾ। ਗੁਰਬਾਣੀ ਅਖੰਡ ਬਾਣੀ ਵਾਸਤੇ ਲੁਧਿਆਣਾ ਤੋਂ ਪ੍ਰਦੀਪ ਭੰਡਾਰੀ ਦੀ ਰਿਪੋਰਟ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਅਤੇ ਪੰਜਾਬੀਅਤ ਨਾਲ ਜੁੜੀ ਹਰ ਗਤੀਵਿਧੀ, ਸੱਤਾ ਅਤੇ ਸਿਆਸਤ ਦੀ ਹਰ ਖਬਰ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ, ਅਤੇ ਨੋਟੀਫਿਕੇਸ਼ਨ ਵਾਸਤੇ ਬੈਲ ਨੂੰ ਰਿੰਗ ਕਰੋ।